तूफान सिंह जी, तुहानू पता लग गया होना भी तुहाडे ते चंडीगढ़ पुलिस ने इनाम रख्या होया। हाँ जी हाँ जी, पता। डर नहीं लगता? डर की हुंदा जी, बाबा बंदा सिंह बहादुर जी का 5 साल का पुत सीगा। बाबा बंदा सिंह जी ने पूछा, डर तो नहीं लगता? कहते पिता जी डर की हुंदा, मैं छोटे साहबजादे को सिखिया होया। लेडीज पुलिस वाली उन्हें मेरे डांग मारिया 3-4, तो पुलिस वाले ने मैं की कहता, मैनू तो हुक्म नहीं है किसी भैन से हाथ चुकन का, खालसे नू हुक्म ही नहीं है। सो हुक्म आंदे सब को बाहर हुक्म ना कोई, जब आए पंक्ति पढ़ते मैनू हुक्म विच रहना वधिया लगता। तुहानू मजबूर किया गया सीगा क्योंकि पुलिस प्रशासन का कहना है भी इट्टे रोड़े भी चलाए गए ने उधरों दूजे पास। मेरे भैया जिहड़े छड्डे सी उन्होंने साढ़े उत्ते इट्टा रोड़े चलाउण वाले, मेरे हिसाब नाल उही रोड़े रहे उन्होंने वज गए आ, तो सारा साढ़े ते थोपता वा, तो साढ़े भन्ने हुए सिटी उठते नहीं होंगे, तो तुरे फिरते आ। उन्होंने विचों एक ऑफिसर ने अपने लेडीज़ दे डांग मारी। ਜਿਹੜੀਆਂ ਜਥੇ ਵਿੱਚ ਗਈਆਂ ਬੀਬੀਆਂ ਸੀਗੀਆਂ ਜਾਂ ਪੁਲਿਸ ਵਾਲਿਆਂ ਦੇ? ਨਹੀਂ, ਜਿਹੜੀ ਜਥੇ ਵਿੱਚ ਬੀਬੀਆਂ ਗਈਆਂ ਉਹਦੇ ਡਾਂਗ ਮਾਰੀ ਤੇ ਬੀਬੀ ਥੱਲੇ ਡਿੱਗ ਗਈ। ਤੇ ਜਦੋਂ ਗੱਲ ਆਵੇ ਸਾਡੀ ਭੈਣਾਂ ਤੇ, ਤੇ ਖਾਲਸਾ ਪੰਥ ਕਿੱਥੋਂ ਚੁੱਪ ਰਹਿ ਗਈ? ਬਾਅਦ 'ਚ ਜਿਹੜਾ ਪੰਗਾ ਪਿਆ ਘੋੜੇ ਆਏ ਹੈ ਨਾ, ਜੋ ਹੋਇਆ ਉਹ ਅਸੀਂ ਉਦੋਂ ਵੀ ਪੁਲਿਸ ਵਾਲੇ ਨੂੰ ਬਸ ਸੈਰ 'ਤੇ ਭਜਾਇਆ ਹੀ ਆ, ਸਾਰਿਆਂ ਨੂੰ ਭਜਾਤਾ ਸੀ। ਤੁਸੀਂ ਵੀਡੀਓ ਵੀ ਵਿੱਚ ਵੇਖਿਆ, ਉਹ ਭੱਜ ਗਏ ਹੋਏ, ਸਾਰੇ ਭੱਜ ਗਏ। ਅਸੀਂ ਬੈਰੀਕੇਡ ਚੁੱਕ ਕੇ ਪਰਾਂ ਮਾਰੇ ਅਤੇ ਉੱਧਰ ਤੱਕ ਗਏ, ਅੱਗੇ ਤੱਕ, ਅਤੇ ਅੱਗੋਂ ਵਾਪਸ ਆ ਗਏ ਹਾਂ। ਅਤੇ ਡੀ ਜੀ ਪੀ ਦਾ ਬਿਆਨ ਪਤਾ ਕੀ ਆ, ਸਾਡੇ ਅੱਗੇ ਔਫਿਸਰ ਹੈਗੇ, ਉਹਨਾਂ ਨੇ ਵਾਪਸ ਘਰ ਕਿੱਥੋਂ ਤੱਕ ਗਿਆ ਸੀ? ਉਹ ਜ਼ਿਆਦਾ ਦੂਰ ਨਹੀਂ, ਬੈਰੀਕੇਡ ਟੱਪ ਕੇ ਮੜਿਆ ਗਾਂ ਮਹਾਂ 100 ਕੁ ਮੀਟਰ ਅੱਗੇ ਗਏ, ਅਸੀਂ ਵਾਪਸ ਆ ਗਏ। ਇਹ ਕਿਹਾ ਛੱਡੋ, ਇੰਨਾ ਟ੍ਰੇਲਰ ਵਿਖਾਤਾ ਵਾ, ਫਿਲਮ ਥੋੜ੍ਹੀ ਨਾ ਵਿਖਾਉਣੀ ਇਹਨਾਂ ਨੂੰ। ਜਦੋਂ ਖਾਲਸਾ ਚੜ੍ਹਾਈ ਕਰਦੇ ਤਾਂ ਡਿੱਗੀ ਵਿਖਾ ਤੇ ਵੀ ਉਹਨਾਂ ਨੂੰ ਰੋਕ ਸਕਦੇ ਹਾਂ। ਹੈਂਗ ਸਿੰਘਾਂ ਦੀ ਛਵੀ ਨੂੰ ਵੀ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਵੀ ਉਹ ਤਲਵਾਰਾਂ ਲਹਿਰਾਉਂਦੇ ਨੇ, ਉਹ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਤੁਸੀਂ ਬਿਆਨ ਕਰੋ ਕਿ ਨਿਹੰਗ ਸਿੰਘ ਕਿਵੇਂ ਦੇ ਹੁੰਦੇ? ਨਿਹੰਗ ਸਿੰਘ ਦੀ ਪਰਿਭਾਸ਼ਾ ਬਾਬਾ ਮੈਂ ਕਰ ਹੀ ਨਹੀਂ ਸਕਦਾ ਕਿਉਂਕਿ ਉਹਨੂੰ ਸਾਜਣ ਵਾਲਾ ਵੇਖੋ ਨਾ ਕੌਣ ਆ, ਕਲਗੀਧਰ ਪਿਤਾ ਦੇਖੋ, ਜਿਹੜਾ ਹੱਥ ਜੋੜ ਕੇ ਆਉਂਦਾ ਵਾ ਉਹਨੂੰ ਤਾਂ ਇਹ ਦੇਗ ਚੁਕਾਉਂਦੇ ਨੇ। ਦੇਗ ਗੁਰੂ ਦੀ ਬਖਸ਼ਿਸ਼ ਹੋਈ ਹੈ ਨਾ, ਦੇਸੀ ਘਿਓ ਦੇ ਵਿੱਚ ਬਣੀ ਹੋਈ ਹੈ ਨਾ, ਪੈਦੇ ਖਾਂ ਨੂੰ ਚੁਕਾਈ ਹੈ ਨਾ, ਜਿਹੜਾ ਹੱਥ ਜੋੜ ਕੇ ਆਉਂਦਾ ਵਾ ਉਹਨੂੰ ਦੇਗ ਚੁਕਾਉਂਦੇ ਨੇ। ਪਰ ਉਹੀ ਪੈਦੇ ਖਾਂ ਜਦੋਂ ਤੇਗ ਲੈ ਕੇ ਆਇਆ ਤਾਂ ਉਹਨੂੰ ਤੇਗ ਨਾਲ ਉਹਦੇ ਸਿਰ ਵੀ ਲਾਇਆ। ਸੋ ਨਿਹੰਗ ਸਿੰਘ ਇਹ ਆ। ਤੁਹਾਡੀ ਉਮਰ ਬਹੁਤ ਛੋਟੀ ਹੈ ਨਾ, 16 ਸਾਲ ਦੀ ਉਮਰ ਹੈ, ਤਾਂ 16 ਸਾਲ ਦੀ ਉਮਰ ਦੇ ਵਿੱਚ ਤੁਸੀਂ ਉੱਥੇ ਜਾਂਦੇ ਹੋ ਤਾਂ ਉੱਥੇ ਜਾ ਕੇ ਜਿਵੇਂ ਹੁਣ ਤੁਸੀਂ ਕਿਹਾ ਵੀ ਤੁਹਾਡੇ ਮਾਰੀਆਂ ਗਈਆਂ ਜਾਂ ਤੁਸੀਂ ਪੁਲਿਸ ਦੀ ਉਹ ਅੱਗੇ ਸੋਟੀ ਫੜ ਲਈ, ਤਾਂ ਉਹ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਲੱਗਦਾ ਹੈ ਵੀ ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ, ਵੀ ਤੁਸੀਂ ਪ੍ਰੋਟੈਸਟ ਗਏ, ਤੁਸੀਂ ਸ਼ਾਂਤੀਪੂਰਵਕ ਹੋਣੇ ਚਾਹੀਦੇ ਸੀ। ਅੱਜ ਮੈਂ ਚੜ੍ਹਦੀ ਕਲਾ ਦੇ ਵਿੱਚ ਤੁਹਾਡੇ ਸਾਹਮਣੇ ਖੜੋਤਾ ਵਾਂ, ਤੁਸੀਂ ਸਾਰਾ ਦਿਨ ਵੇਖਦੇ ਕਿੰਨਾ ਪਿਆਰ ਕਰਦੀ ਸੰਗਤ ਮੈਨੂੰ, ਅਤੇ ਮੈਂ ਮੇਰੇ ਹਿਸਾਬ ਨਾਲ ਮੇਰਾ ਸੀਸ ਵੀ ਚੱਲ ਜੇ ਕੌਮ ਦੇ ਲਿਖੇ, ਅਤੇ ਮੈਂ ਤਾਂ ਨਹੀਂ ਉਹਦਾ ਮੁੱਲ ਚੁਕਾ ਸਕਦਾ। ਕੌਮੀ ਇਨਸਾਫ ਮੋਰਚੇ 'ਚ ਬੈਠੇ ਹੋਏ ਹਾਂ, ਤਾਂ ਇੱਥੇ 8 ਤਰੀਕ ਨੂੰ ਇੱਕ ਜਿਹੜਾ ਆ ਮਾਰਚ ਇੱਥੋਂ ਨਿਕਲਦਾ ਹੈ, 31 ਸਿੰਘਾਂ ਦਾ ਜੱਥਾ ਜਿਹੜਾ ਆ ਉਹ ਜਾਂਦਾ ਆ ਚੰਡੀਗੜ੍ਹ ਨੂੰ ਔਰ ਭਗਵੰਤ ਮਾਨ ਦੀ ਕੋਠੀ ਨੂੰ ਘੇਰਦਾ ਹੁੰਦਾ, ਤਾਂ ਉਸ ਦਿਨ ਆਪਸ ਦੇ ਵਿੱਚ ਟਕਰਾਅ ਜਿਹੜਾ ਆ ਸਿੰਘਾਂ ਦੇ ਵਿੱਚ ਅਤੇ ਪੁਲਿਸ ਦੇ ਵਿੱਚ ਹੁੰਦਾ ਹੈ, ਤਾਂ ਉਸ ਦਿਨ ਜਿਹੜਾ ਆ ਕੁਝ 20 ਸਿੱਖਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਸ ਤੋਂ ਬਾਅਦ ਉਹਦੇ 'ਤੇ ਇਨਾਮ ਜਿਹੜਾ ਉਹ ਰੱਖ ਦਿੱਤਾ ਜਾਂਦਾ, ਤਾਂ ਉਹਦੇ ਵਿੱਚੋਂ ਇੱਕ ਨੌਜਵਾਨ ਬੱਚਾ ਜਿਹੜਾ ਸੀਗਾ ਤੂਫਾਨ ਸਿੰਘ ਵੀ ਸੀਗਾ ਜੋ ਸਾਡੇ ਨਾਲ ਮੌਜੂਦ ਨੇ, ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਸ ਦਿਨ ਉੱਥੇ ਕੀ ਹੋਇਆ ਸੀਗਾ ਔਰ ਕਿ ਸਰਕਾਰ ਨੇ ਜਿਹੜਾ ਇਹ ਇਨਾਮ ਰੱਖਿਆ ਜਾਂ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਰੱਖਿਆ ਗਿਆ, ਤਾਂ ਉਹਦੇ 'ਤੇ ਉਹਨਾਂ ਦਾ ਕੀ ਕਹਿਣਾ? ਤੂਫਾਨ ਸਿੰਘ ਜੀ, ਤੁਹਾਡਾ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੂਫਾਨ ਸਿੰਘ ਜੀ, ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਤੁਹਾਡੇ 'ਤੇ ਚੰਡੀਗੜ੍ਹ ਪੁਲਿਸ ਨੇ ਇਨਾਮ ਰੱਖਿਆ ਹੋਇਆ। ਹਾਂਜੀ ਹਾਂਜੀ ਪਤਾ, ਇਹ ਤਾਂ ਇਤਿਹਾਸ ਸਾਡਾ ਪਹਿਲਾਂ ਵੀ ਦੱਸਦਾ, ਪਹਿਲਾਂ ਵੀ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਸੀਗੇ, ਉਹ ਉਸ ਟਾਈਮ ਦੀ ਸਰਕਾਰ ਸੀਗੀ, ਸਰਕਾਰ ਸੀਗੀ, ਅਤੇ ਹੁਣ ਜਿਹੜੀ ਸਰਕਾਰ ਆ ਉਹਨੇ ਵੀ ਸਾਡੇ ਉੱਤੇ ਜਿਹੜਾ ਮੁੱਲ ਰੱਖਿਆ ਵਾ, ਸਾਡੇ ਲਈ ਤਾਂ ਮਾਣ ਵਾਲੀ ਗੱਲ ਆ। ਡਰ ਨਹੀਂ ਲੱਗਦਾ? ਡਰ ਕੀ ਹੁੰਦਾ ਜੀ, ਜਿਹੜਾ ਬੱਚਾ ਪੰਜਾਬ ਵਿੱਚ ਪੈਦਾ ਹੋ ਗਿਆ ਉਹਨੂੰ ਤਾਂ ਡਰਦਾ ਅਰਥ ਹੀ, ਤੁਸੀਂ ਸਵਾਲ ਹੀ ਗਲਤ ਬੰਦੇ ਨੂੰ ਤਾਂ ਗਲਤ ਪੁੱਛਣ ਦੇ, ਸਿੰਘਾਂ ਨੂੰ ਤਾਂ ਤੁਹਾਡਾ ਸਵਾਲ ਹੀ ਨਹੀਂ ਪੁੱਛਣਾ ਚਾਹੀਦਾ ਕਿ ਡਰ ਹੁੰਦਾ ਕੀ, ਕਿਉਂਕਿ ਖਾਲਸੇ ਦੇ ਵਿੱਚ ਡਰ ਨਹੀਂ ਹੁੰਦਾ। ਡਰ ਜਿਹੜਾ ਡਰ ਲਫ਼ਜ਼ ਆ ਅੱਖਰ ਆ ਉਹ ਖਾਲਸੇ ਨੇ ਕਦੇ ਪੜ੍ਹਿਆ ਨਹੀਂ। ਹਾਂਜੀ, ਜਾਨੀ ਕਿ ਤੁਹਾਨੂੰ ਲੱਗਦਾ ਹੈ ਵੀ ਜਿਹੜੇ ਸਿੱਖ ਹੁੰਦੇ ਨੇ, ਗੁਰਸਿੱਖ ਹੁੰਦੇ ਨੇ, ਚੜ੍ਹਦੀ ਕਲਾ ਵਾਲੇ ਹੁੰਦੇ ਨੇ, ਉਹ ਉਹਨਾਂ ਦੇ ਅੰਦਰ ਇਹ ਚੀਜ਼ ਹੁੰਦੀ ਨਹੀਂ ਆ, ਪੈ ਹੁੰਦਾ ਹੀ ਨਹੀਂ ਆ? ਨਹੀਂ ਜੀ, ਨਹੀਂ ਹੁੰਦਾ। ਇਹ ਸਾਡਾ ਇਤਿਹਾਸ ਦੱਸਦਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 5 ਸਾਲ ਦਾ ਪੁੱਤ ਸੀਗਾ। ਬਾਬਾ ਬੰਦਾ ਸਿੰਘ ਜੀ ਨੇ ਪੁੱਛਿਆ, ਡਰ ਤਾਂ ਨਹੀਂ ਲੱਗਦਾ? ਕਹਿੰਦੇ ਪਿਤਾ ਜੀ ਡਰ ਕੀ ਹੁੰਦਾ, ਮੈਂ ਛੋਟੇ ਸਾਹਿਬਜ਼ਾਦੇ ਕੋਲ ਸਿੱਖਿਆ ਹੋਇਆ ਵਾ। ਸੋ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 5 ਸਾਲ ਦਾ ਪੁੱਤ ਸਿੱਖ ਸਕਦਾ,
ਮੇਰੀ ਤਾਂ ਉਮਰ 14 ਸਾਲ ਹੈ 15 ਸਾਲ ਹੈ। ਤੁਸੀਂ ਬਾਲਗ ਨਹੀਂ ਹੋ ਜੀ ਤਾਂ ਤੁਹਾਡੇ 'ਤੇ ਇਨਾਮ ਰੱਖਿਆ ਹੈ ਨਾ, ਅਤੇ ਤੁਹਾਨੂੰ ਕੀ ਲੱਗਦਾ ਹੈ ਵੀ ਏਜ ਜਿਹੜਾ ਸਰਕਾਰ ਨੇ ਤੁਹਾਡੇ 'ਤੇ ਇਨਾਮ ਰੱਖਿਆ ਉਦੋਂ ਤੁਸੀਂ ਕੀ ਇਹੋ ਜਿਹੀ ਕਾਰਵਾਈ ਕੀਤੀ ਸੀਗੀ ਵੀ ਜਿਹੜਾ ਸਰਕਾਰ ਪੁਲਿਸ ਨੇ ਤੁਹਾਡੀਆਂ ਫੋਟੋਆਂ ਜਿਹੜੀਆਂ ਉਹ ਬਕਾਇਦਾ ਪਾ ਦਿੱਤੀਆਂ ਵੀ ਆਹ ਸਾਨੂੰ ਲੋੜੀਂਦੇ ਨੇ, ਸਾਨੂੰ ਜਿਹੜਾ ਵੀ ਬੰਦਾ ਇਹ ਮੁਹੱਈਆ ਦਿੰਦਾ ਹੈ ਜਾਂ ਬੜੀ ਜਾਣਕਾਰੀ ਦਿੰਦਾ ਹੈ ਤਾਂ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ। ਕੀ ਕੀਤਾ ਸੀ ਉਸ ਦਿਨ? ਅਸੀਂ ਉਸ ਦਿਨ ਕੀਤਾ ਕਿ ਅਸੀਂ ਆਪਣਾ ਹੱਕ ਮੰਗਦੇ ਹਾਂ, ਠੀਕ ਹੈ ਜੀ। ਸਾਨੂੰ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਮੰਗਦੇ ਹਾਂ। ਉਹ ਚੀਜ਼ ਨੂੰ ਲੈ ਕੇ ਉਹਨਾਂ ਨੂੰ ਉਹਨਾਂ ਦੇ ਅੱਖ ਵਿੱਚ ਜਿਹੜਾ ਕੰਡਾ ਵਾ ਉਹ ਰੜਕਦਾ ਵਾ, ਠੀਕ ਹੈ ਜੀ। ਸਰਕਾਰ ਚਾਹੁੰਦੀ ਨਹੀਂ ਬੰਦੇ ਸਿੰਘ ਬਾਹਰ ਆਉਣ, ਕਿਉਂਕਿ ਉਹਨਾਂ ਨੂੰ ਆਪਣੇ ਕੁਰਸੀਆਂ ਦਾ ਭੁੱਸ ਪਿਆ ਵਾ। ਕਿਸੇ ਦੇ ਮਾਂ ਦੇ ਪੁੱਤ ਜੇਲ੍ਹਾਂ ਵਿੱਚ ਇੰਨੇ 35-35, 34-34 ਸਾਲ ਹੋ ਗਏ ਨੇ ਬੰਦ, ਉਹਨਾਂ ਨੂੰ ਉਹਨਾਂ ਦਾ ਨਹੀਂ ਫਿਕਰ, ਉਹਨਾਂ ਦੀ ਆਪਣੀ ਕੁਰਸੀਆਂ ਦਾ ਫਿਕਰ ਹੈ। ਸੋ ਖਾਲਸੇ ਦਾ ਕੰਮ ਆ ਆਪਣੇ ਭਰਾਵਾਂ ਨੂੰ ਬਾਹਰ ਕਢਾਉਣ ਦਾ। ਇੱਥੇ ਸਮੇਂ ਸਮੇਂ 'ਤੇ ਹਿੰਦੂਆਂ ਦੀਆਂ ਕੁੜੀਆਂ ਨੂੰ ਵੀ ਛੁਡਾ ਕੇ ਲਿਆਉਂਦੇ ਰਹੇ ਹਾਂ, ਅਤੇ ਫਿਰ ਵੀ ਆਪਣੇ ਬੰਦੀ ਸਿੰਘ ਨੇ। ਸੋ ਜਿਹੜਾ ਉਸ ਦਿਨ ਕੰਮ ਕੀਤਾ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਸਾਨੂੰ CM ਦੀ ਕੋਠੀ ਦੇ ਅੱਗੇ ਜਾ ਕੇ ਨਿਤਨੇਮ ਕਰਨ ਦਿਉ, ਸੁਖਮਨੀ ਸਾਹਿਬ ਦਾ ਪਾਠ ਕਰਨ ਦਿਉ, ਅਤੇ ਸਾਨੂੰ ਹੋਕਾ ਲਾਉਣ ਦਿਉ ਕਿ ਸਾਡੇ ਬੰਦੀ ਸਿੰਘ ਰਿਹਾ ਕਰੋ। ਬਿਲਕੁਲ, ਪ੍ਰੋਟੈਸਟ ਕਰ ਸਕਦੇ ਹਾਂ ਅਸੀਂ, ਪ੍ਰੋਟੈਸਟ ਸ਼ਾਂਤਮਈ ਵੀ ਕਿਤੇ ਵੀ ਕੀਤਾ ਜਾ ਸਕਦਾ ਹੈ, ਮੰਗ ਮੰਗੀ ਜਾ ਸਕਦੀ ਹੈ। ਪਰ ਉਸ ਦਿਨ ਹੋਇਆ ਕੀ ਸੀਗਾ ਵੀ ਟਕਰਾਅ ਕਿਉਂ ਹੋਇਆ? ਵੀ ਮੈਂ ਦੱਸਣਿਆ ਤੁਹਾਨੂੰ ਕਿ ਸਾਡੀ ਮੰਗ ਜਿਹੜੀ ਇਹ ਸੀਗੀ ਕਿ ਉਹਨਾਂ ਕੋਲ ਉੱਥੇ ਜਾਣ ਦਿਉ, ਸਾਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਦਿਉ। ਪਰ ਉਹ ਰੋਜ਼ ਇੱਕੋ ਗੱਲ ਕਹਿੰਦੇ ਸੀਗੇ ਕਿ ਸਾਨੂੰ ਟਾਈਮ ਲੈ ਲੈਣ ਦਿਉ, ਟਾਈਮ ਲੈ ਲੈਣ ਦਿਉ। ਹੁਣ ਤੁਸੀਂ ਦੱਸੋ ਕਿ ਪਿਛਲੇ 3 ਦਿਨਾਂ ਤੋਂ ਜਾਣ ਦਿਆ ਜਥਾ, ਉਦੋਂ ਦਾ ਉਹਨਾਂ ਕੋਲ ਟਾਈਮ ਹੀ ਨਹੀਂ ਲਿਆ ਗਿਆ ਕਿ ਸਾਨੂੰ 1 ਮਹੀਨੇ 14-15 ਦਿਨ ਹੋ ਗਏ ਇੱਥੇ ਬੈਠੇ ਨੂੰ, ਹਾਲੇ ਤੱਕ ਮੁੱਖ ਮੰਤਰੀ ਦੇ ਕੰਨਾਂ ਤੱਕ ਇਹ ਗੱਲ ਹੀ ਨਹੀਂ ਪਹੁੰਚੀ ਕਿ ਸਿੰਘ ਆਪਣੇ ਘਰ ਬਾਰ ਨੂੰ ਛੱਡ ਕੇ ਬੈਠੇ ਨੇ ਬੰਦੀ ਸਿੰਘਾਂ ਲਈ। ਸੋ ਜਿਹੜਾ ਉਸ ਦਿਨ ਹੋਇਆ ਉਹ ਸਾਰਾ ਪ੍ਰਸ਼ਾਸਨ ਦੀ ਗਲਤੀ ਸੀਗੀ ਕਿ ਉਹਨਾਂ ਨੇ ਜਾਂ ਸਾਨੂੰ ਗ੍ਰਿਫਤਾਰ ਕਰ ਲੈਂਦੇ। ਅਸੀਂ ਤਾਂ ਇੱਥੇ ਗੁਰੂ ਦੇ ਅੱਗੇ 2 ਬਚਨ ਕਰਕੇ ਗਏ ਸੀਗੇ, ਜਾਂ ਗ੍ਰਿਫਤਾਰੀ ਦੇਵਾਂਗੇ ਜਾਂ ਉਹਦੀ ਕੋਠੀ ਦੇ ਅੱਗੇ ਜਾ ਕੇ ਧਰਨਾ ਦੇਵਾਂਗੇ, ਉਹਨਾਂ ਉੱਥੇ ਜਾ ਕੇ ਨਿਤਨੇਮ ਕਰਾਂਗੇ, ਜਾਂ ਸਾਨੂੰ ਗ੍ਰਿਫਤਾਰ ਕਰ ਲੈਂਦੇ। ਰੋਜ਼ ਕਹਿੰਦੇ ਇੱਥੇ ਬਹਿ ਜਾਓ, ਅਸੀਂ ਇੱਥੇ ਬਹਿਣ ਆਏ ਹਾਂ। ਹੈਂ ਇੰਨੀ ਉਮਰ ਹੋ ਗਈ ਉਹਨਾਂ ਨੂੰ ਬੰਦੀ ਸਿੰਘਾਂ ਨੂੰ ਅੰਦਰ ਜੇਲ੍ਹ 'ਚ ਬੈਠਿਆਂ ਨੂੰ, ਅਤੇ ਹੁਣ ਅਸੀਂ ਵੀ ਇੱਥੇ ਬਹੀਏ, ਉਹ ਤਾਂ ਉੱਥੇ ਬੈਠੇ ਹੀ ਆ। ਅਸੀਂ ਉਹਨਾਂ ਲਈ ਲੜਨ ਆਏ ਹਾਂ, ਉਹਨਾਂ ਦੀ ਜਿਹੜੀ ਆਵਾਜ਼ ਉਹ ਚੁੱਕਣ ਆਏ ਹਾਂ। ਸੋ ਅਸੀਂ ਉਹਨਾਂ ਨੂੰ ਕਹਿੰਦੇ ਸੀਗੇ, ਉਹ ਉਹਨਾਂ ਵਿੱਚੋਂ ਇੱਕ ਆਫਿਸਰ ਨੇ ਆਪਣੇ ਲੇਡੀਜ਼ ਦੇ ਡਾਂਗ ਮਾਰੀ, ਠੀਕ ਹੈ ਜੀ। ਉਹ ਆਫਿਸਰ ਨੇ ਲੇਡੀਜ਼ ਦੇ ਜਿਹੜੀਆਂ ਜਥੇ ਵਿੱਚ ਗਈਆਂ ਬੀਬੀਆਂ ਸੀਗੀਆਂ ਜਾਂ ਪੁਲਿਸ ਵਾਲਿਆਂ ਦੇ? ਨਹੀਂ, ਜਿਹੜੀ ਜਥੇ ਵਿੱਚ ਬੀਬੀਆਂ ਗਈਆਂ ਉਹਦੇ ਡਾਂਗ ਮਾਰੀ, ਅਤੇ ਬੀਬੀ ਥੱਲੇ ਡਿੱਗ ਗਈ। ਅਤੇ ਜਦੋਂ ਗੱਲ ਆਵੇ ਸਾਡੀ ਭੈਣਾਂ 'ਤੇ, ਅਤੇ ਖਾਲਸਾ ਪੰਥ ਕਿੱਥੋਂ ਚੁੱਪ ਰਹਿ ਜੇ, ਠੀਕ ਹੈ ਜੀ। ਅਸੀਂ ਕੋਈ ਗਲਤ ਚੀਜ਼ 'ਤੇ ਨਹੀਂ ਮੰਗਣ ਦੇ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਣ ਦੇ। 14 ਸਾਲ ਸਾਰੇ ਸ਼ਾਂਤ ਨੇ ਉਦੋਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸੀ ਜਦੋਂ ਇਹ ਘਟਨਾ ਵਾਪਰੀ। ਹਾਂਜੀ, ਸਤਨਾਮ ਵਾਹਿਗੁਰੂ ਦਾ ਜਾਪ ਇੱਥੋਂ ਕਰਦੇ ਜਾਈਦਾ ਵਾ, ਅਤੇ ਸਤਨਾਮ ਦਾ ਜਾਪ ਕਰਦੇ ਹੁਣ ਵੀ ਉੱਥੋਂ ਆਈਦਾ ਵਾ, ਠੀਕ ਹੈ। ਸੋ ਉਹਨੇ ਜਦੋਂ ਡਾਂਗ ਮਾਰੀ ਉਦੋਂ ਮਸਲਾ ਜ਼ਿਆਦਾ ਚੜ੍ਹ ਗਿਆ, ਤਾਂ ਉਹਨਾਂ ਨੇ ਪਾਣੀ ਦੀਆਂ ਵਿਛਾਲਾਂ ਚਲਾਈਆਂ। ਵੀ ਤੁਹਾਨੂੰ ਪਤਾ ਜਦੋਂ ਮਾਹੌਲ ਜੰਗ ਦਾ ਬਣ ਜੇ, ਠੀਕ ਹੈ, ਸਾਡੇ ਉੱਤੇ ਪਾਣੀ ਦੀ ਵਿਛਾਲਾ, ਹੁਣ ਅਸੀਂ ਉੱਥੇ ਹੈ ਨਾ ਉਹਨਾਂ ਨੂੰ ਕਹਿੰਦੇ ਹੋਰ ਮਾਰੋ ਹੋਰ ਮਾਰੋ, ਇੱਦਾਂ ਖਾਲਸਾ ਕੋਟ ਖਾਨ ਨੂੰ ਥੋੜ੍ਹਾ ਪੈਦਾ ਹੋਇਆ, ਠੀਕ ਹੈ। ਅਤੇ ਬਾਕੀ ਅਸੀਂ ਵੀ, ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੈਨੂੰ ਪੁਲਿਸ ਵਾਲਿਆਂ ਨੇ ਡਾਂਗ ਮਾਰੀ ਅਤੇ ਮੈਂ ਡਾਂਗ ਫੜ ਲਈ ਹੱਥਾਂ ਨਾਲ, ਅਤੇ ਮੈਂ ਖਿੱਚਣ ਦਿਆ ਉਧਰੋਂ ਉਹ ਖਿੱਚਣ ਦਿਆ, ਅਤੇ ਇੱਧਰੋਂ ਲੇਡੀਜ਼ ਪੁਲਿਸ ਵਾਲੀ ਸੀ ਉਹਨੇ ਮੇਰੇ ਡਾਂਗ ਮਾਰਿਆ 3-4। ਅਤੇ ਪੁਲਿਸ ਵਾਲੇ ਨੂੰ ਮੈਂ ਕੀ ਕਹਿੰਦਾ, ਮੈਨੂੰ ਤਾਂ ਹੁਕਮ ਨਹੀਂ ਹੈਗਾ ਕਿਸੇ ਭੈਣਾਂ 'ਤੇ ਹੱਥ ਚੁੱਕਣ ਦਾ, ਖਾਲਸੇ ਨੂੰ ਹੁਕਮ ਹੀ ਨਹੀਂ ਹੈਗਾ। ਸੋ ਹੁਕਮੇ ਅੰਦਰ ਸਭ ਕੋਈ ਬਾਹਰ ਹੁਕਮ ਨਾ ਕੋਏ, ਜਾਂ ਪਾਏ ਪੰਕਤੀ ਪੜ੍ਹਦੇ, ਮੈਨੂੰ ਹੁਕਮ ਵਿੱਚ ਰਹਿਣਾ ਵਧੀਆ ਲੱਗਦਾ। ਅਤੇ ਉਹ ਮੈਨੂੰ ਹੁਕਮ ਨਹੀਂ ਹੈਗਾ, ਮੈਂ ਉਹਨੂੰ ਕੁਝ ਕਿਹਾ ਨਹੀਂ, ਪਰ ਪੁਲਿਸ ਵਾਲੇ ਤਾਂ ਮੈਂ ਇੱਕ ਡਾਂਗ ਨਹੀਂ ਮਾਰਨ ਦਿੱਤੀ ਆਪਣੇ ਆਪ ਨੂੰ। ਅਤੇ ਬਾਅਦ 'ਚ ਜਿਹੜਾ ਪੰਗਾ ਪਿਆ, ਘੋੜੇ ਆਏ ਹੈ ਨਾ, ਜੋ ਹੋਇਆ ਉਹ ਅਸੀਂ ਉਦੋਂ ਵੀ ਪੁਲਿਸ ਵਾਲੇ ਨੂੰ ਬਸ ਸੈਰ 'ਤੇ ਭਜਾਇਆ ਹੀ ਆ, ਸਾਰਿਆਂ ਨੂੰ ਭਜਾ ਤਾ ਸੀ, ਤੁਸੀਂ ਵੀਡੀਓ ਵੀ ਵਿੱਚ ਵੇਖਿਆ, ਉਹ ਭੱਜ ਗਏ ਹੋਏ, ਸਾਰੇ ਭੱਜ ਗਏ। ਅਸੀਂ ਬੈਰੀਗੇਡ ਚੁੱਕੇ, ਪਰਾਂ ਮਾਰੇ ਅਤੇ ਉੱਧਰ ਤੱਕ ਗਏ, ਅੱਗੇ ਤੱਕ, ਅਤੇ ਅੱਗੋਂ ਵਾਪਸ ਆ ਗਏ ਹਾਂ। ਅਤੇ DGP ਦਾ ਬਿਆਨ ਪਤਾ ਕੀ ਆ, ਸਾਡੇ ਅੱਗੇ ਆਫਿਸਰ ਹੈਗੇ, ਉਹਨਾਂ ਨੇ ਵਾਪਸ ਘੱਲਤਾ। ਉਹ ਜਦੋਂ ਖਾਲਸਾ ਚੜ੍ਹਾਈ ਕਰਦੇ ਤਾਂ ਡਿੱਗੀ ਔਕਾਤ 'ਤੇ ਹੀ ਉਹਨਾਂ ਨੂੰ ਰੋਕ ਸਕਦੇ ਹਾਂ। ਤੁਸੀਂ ਆਪਣੇ ਆਪ ਉੱਥੋਂ ਵਾਪਸ ਆਏ? ਹਾਂਜੀ, ਅਸੀਂ ਸਾਰੇ ਆਪਣੇ ਆਪ ਹੀ ਆਏ ਹਾਂ, ਸਾਡੇ ਜਿਹੜੇ ਆਗੂ ਨੇ, ਜਿਹੜੇ ਆਪਣੇ ਸੇਵਾਦਾਰ ਨੇ ਆਪਣੇ ਆਪ। ਕਿੱਥੋਂ ਤੱਕ ਗਿਆ ਸੀ? ਉਹ ਜ਼ਿਆਦਾ ਦੂਰ ਨਹੀਂ, ਬੈਰੀਗੇਡ ਟੱਪ ਕੇ ਮੜਿਆ ਗਾਂ, ਮਹਾਂ 100-100 ਕੁ ਮੀਟਰ ਅੱਗੇ ਗਏ, ਅਸੀਂ ਵਾਪਸ ਆ ਗਏ। ਇਹ ਕਿਹਾ ਛੱਡੋ, ਇੰਨਾ ਟ੍ਰੇਲਰ ਵਿਖਾਤਾ ਵਾ, ਫਿਲਮ ਥੋੜ੍ਹੀ ਨਾ ਵਿਖਾਉਣੀ ਇਹਨਾਂ ਨੂੰ, ਕੋਈ ਗੱਲ ਨਹੀਂ, ਸਮਾਂ ਪਾ ਕੇ ਵਿਖਾਵਾਂਗੇ। ਹੁਣ ਪੁਲਿਸ ਤੁਹਾਨੂੰ ਲੱਭ ਵੀ ਰਹੀ ਹੋਏਗੀ? ਉਹ ਲੱਭੀ ਜਾਵੇ ਉਹ ਗੱਲ ਵੱਖਰੀ, ਅਸੀਂ ਇੱਥੇ ਬੈਠੇ ਮੋਰਚੇ 'ਤੇ, ਆ ਤੁਸੀਂ ਵੀਡੀਓ ਬਣਾਉਂਦੇ ਮੋਰਚੇ 'ਤੇ ਬਣਾਉਂਦੇ ਆ, ਤੁਸੀਂ ਮੇਰੇ ਹਿਸਾਬ ਨਾਲ ਕਿੰਨੇ ਦਿਨ ਉੱਥੇ ਹੈਗੇ ਆ? ਮੈਂ ਕਿੱਥੇ ਗਿਆ, ਮੋਰਚੇ 'ਤੇ ਹੀ ਹਾਂ। ਲੈ ਜਾਓ, ਕੋਈ ਚੱਕਰ ਨਹੀਂ। ਤੁਸੀਂ ਬਾਹਰ ਜਾਓਗੇ ਤਾਂ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਡਰ ਹੈਗਾ ਪੁਲਿਸ ਤੁਹਾਨੂੰ ਗ੍ਰਿਫਤਾਰ ਕਰੂਗੀ? ਉਹ ਨਾ ਜੀ, ਨਾ, ਡਰ ਕਿਹੜਾ, ਕੋਈ ਗੱਲ ਨਹੀਂ, ਲੈ ਜੂਗੀ ਲੈ ਜੂਗੀ। ਆਪਾਂ ਬਾਹਰ ਜਾਣਾ ਕਿਉਂ ਆ, ਕਿਉਂਕਿ ਅਸੀਂ ਮੋਰਚੇ ਦਾ ਕਹਿ ਕੇ ਆਏ ਹਾਂ,
ਅਸੀਂ ਬਾਹਰ ਜਾਵਾਂਗੇ ਪਤਾ ਕਦੋਂ, ਜਦੋਂ ਬੰਦੀ ਸਿੰਘਾਂ ਨੂੰ ਰਿਹਾ ਕਰਤਾ, ਜਦੋਂ ਇਹ ਮੋਰਚਾ ਚੁੱਕਿਆ ਗਿਆ ਉਦੋਂ ਚੁੱਕ ਲਿਓ, ਉਦੋਂ ਕੋਈ ਗੱਲ ਨਹੀਂ। ਪਰ ਹਾਂ, ਹੁਣ ਜੇ ਚੁੱਕਣਾ ਵਾ ਫਿਰ ਮੋਰਚੇ 'ਤੇ ਆਉਣਾ ਪੈਣਾ। ਆ ਜਾਓ ਭਾਅ ਜੀ, ਲੈ ਜਾਓ, ਮੈਂ ਤਾਂ ਬੜੇ ਸਤਿਕਾਰ ਜੋ ਕਹਿੰਦਾ, ਆ ਜਾਓ ਭਾਅ ਜੀ, ਭਾਅ ਜੀ ਕਹਿਣ ਡਿਆ, ਮੈਂ ਤਾਂ ਕਹਿੰਦਾ ਨਹੀਂ ਹੁੰਦਾ। ਆ ਜਾਓ, ਲੈ ਜਾਓ, ਕੋਈ ਚੱਕਰ ਨਹੀਂ। ਬਾਕੀ ਕੋਈ ਚੀਜ਼ ਦਾ ਡਰ ਨਹੀਂ ਹੈਗਾ, ਨਾ ਪਰਚਿਆਂ ਦਾ ਨਾ ਕੁਝ, ਕਿਉਂਕਿ ਪਰਚੇ ਹੁਣ ਤੋਂ ਨਹੀਂ, ਬੜੇ ਚਿਰ ਹੋ ਗਏ ਪਾਉਂਦੇ। ਪਰਚੇ ਵੀ ਅਤੇ ਨਜਾਇਜ਼ ਵੀ ਮਾਰਦੇ ਰਹੇ, ਇਨਕਾਊਂਟਰ ਕਰਦੇ ਰਹੇ ਨਜਾਇਜ਼। ਸਾਨੂੰ ਇਤਿਹਾਸ ਪਤਾ ਵਾ, ਸੋ ਅਸੀਂ ਇਤਿਹਾਸ ਦੇ ਸਿਰ 'ਤੇ ਚੱਲਦੇ ਹਾਂ। ਸਾਨੂੰ ਇਤਿਹਾਸ ਆਪਣੇ ਭਰਾਵਾਂ ਦਾ ਪਤਾ ਵਾ। ਇਹ ਚੀਜ਼ ਤੋਂ ਤੁਸੀਂ ਨਾ ਸੋਚਿਓ ਅੱਜ ਪ੍ਰਸ਼ਾਸਨ ਨੂੰ ਕਹਿੰਦਾ ਕਿ ਅਸੀਂ ਡਰ ਜਾਂਗੇ, ਠੀਕ ਹੈ। ਉਮਰ ਦੇ ਹਿਸਾਬ ਨਾਲ ਅੰਕੜਾ ਨਾ ਕਰੋ। ਸਾਡੇ ਜਿਹੜੇ ਸਿੰਘ ਨੇ 84 ਦੇ ਵਿੱਚ ਬੜੀ ਘੱਟ ਉਮਰ ਹੈ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਠੀਕ ਹੈ। ਬਸ ਸਾਨੂੰ ਹਥਿਆਰ ਫੜਨ 'ਤੇ ਮਜਬੂਰ ਨਾ ਕਰੋ, ਸਾਨੂੰ ਸਾਡੇ ਬੰਦੀ ਸਿੰਘ ਜਿਹੜੇ ਨੇ ਉਹ ਰਿਹਾ ਕਰ ਦਿਉ, ਅਤੇ ਅਸੀਂ ਆਪਣੇ ਘਰਾਂ ਨੂੰ ਜਾਈਏ। ਅਸੀਂ ਤੁਹਾਡੇ ਤੋਂ ਕੀ ਲੈਣਾ? ਮੈਂ ਪੁੱਛਦੀ ਹਾਂ ਵੀ ਸੰਵਿਧਾਨਿਕ ਹੱਕ ਹੈ ਪ੍ਰੋਟੈਸਟ ਕਰਨਾ ਜਾਂ ਕਿਤੇ ਵੀ ਜਾਣਾ, ਤਾਂ ਤੁਸੀਂ ਉਸ ਸੰਵਿਧਾਨਿਕ ਹੱਕ ਦੇ ਅੰਡਰ ਰਹਿ ਕੇ ਹੀ ਕਰ ਰਹੇ ਸੀਗੇ ਉਸ ਦਿਨ। ਫਿਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਮਜਬੂਰ ਕੀਤਾ ਗਿਆ ਹੈ ਵੀ ਤੁਸੀਂ ਉਹਨਾਂ ਦੇ ਨਾਲ ਜਿਹੜਾ ਆ ਵੀ ਉਹਨਾਂ ਦੇ ਹੱਥ ਫੜੋ ਅੱਗਿਓਂ, ਤੁਹਾਨੂੰ ਮਜਬੂਰ ਕੀਤਾ ਗਿਆ ਸੀਗਾ? ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਵੀ ਇੱਟੇ ਰੋੜੇ ਵੀ ਚਲਾਏ ਗਏ ਨੇ ਉੱਧਰੋਂ ਦੂਜੇ ਪਾਸੇ ਤੋਂ। ਕਿਹੜੇ ਆਪਾਂ ਪਹਿਲਾਂ ਤਾਂ ਮੈਂ ਸੰਵਿਧਾਨ ਦੀ ਆ ਤੁਸੀਂ ਗੱਲ ਕੀਤੀ ਨਾ, ਪਹਿਲਾਂ ਮੈਂ ਉਹਦਾ ਕਲੀਅਰ ਕਰਦਾ। ਸੰਵਿਧਾਨ ਹੈਗਾ ਕੀ ਆ? ਸੰਵਿਧਾਨ ਇੱਕ ਹੁੰਦਾ ਅਤੇ ਸਾਰਿਆਂ ਲਈ ਲਾਗੂ ਹੁੰਦਾ, ਠੀਕ ਹੈ। ਸਾਡੇ 'ਤੇ ਲਾਗੂ ਹੈਗੇ ਨਹੀਂ। ਪੰਜਾਬੀਆਂ ਵਾਸਤੇ ਵੱਖਰਾ ਸੰਵਿਧਾਨ ਹੈ, ਦੂਜਿਆਂ ਵਾਸਤੇ ਵੱਖਰਾ ਸੰਵਿਧਾਨ। ਉਮਰ ਕੈਦ 14 ਸਾਲ ਦੀ ਹੁੰਦੀ ਆ, 15 ਸਾਲ ਦੀ ਹੁੰਦੀ ਆ। ਉਹਨਾਂ ਨੇ ਕੱਟ ਲਈ ਹੋਈ ਆ, ਡਬਲ ਸਜ਼ਾਵਾਂ ਹੋ ਗਈਆਂ ਉਹਨਾਂ ਨੂੰ ਛੱਡਿਆ, ਉਹ ਵੀ ਸੰਵਿਧਾਨ ਦੇ ਅੰਡਰ ਹੁੰਦਾ ਵਾ। ਅਤੇ ਜਿਹੜਾ ਮਜਬੂਰ ਦੀ ਗੱਲ ਆ, ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਜਦੋਂ ਭੈਣਾਂ 'ਤੇ ਗੱਲ ਆ ਜੇ ਉਦੋਂ ਚੁੱਪ ਕਿੱਥੋਂ ਬਹਿ ਜਾਈਏ। ਫਿਰ ਵੀ ਅਸੀਂ ਉਹਨਾਂ ਨੂੰ ਕੁੱਟਿਆ ਨਹੀਂ, ਉਹ ਪਤਾ ਨਹੀਂ ਕਿੱਥੋਂ ਸੱਟਾਂ ਸੁੱਟਾਂ ਖਾਈ ਬੈਠੇ ਆ, ਉਹ ਤਾਂ ਨਹੀਂ ਪਤਾ। ਇਹ ਭਈਆ ਜਿਹੜੇ ਛੱਡੇ ਸੀ ਉਹਨਾਂ ਨੇ ਸਾਡੇ ਉੱਤੇ ਇੱਟਾਂ ਰੋੜੇ ਚਲਾਉਣ ਵਾਲੇ, ਮੇਰੇ ਹਿਸਾਬ ਨਾਲ ਉਹੀ ਰੋੜੇ ਰਾੜੇ ਉਹਨਾਂ ਦੇ ਵੱਜ ਗਏ ਆ, ਅਤੇ ਸਾਰਾ ਸਾਡੇ 'ਤੇ ਥੋਪਤਾ ਵਾ। ਅਤੇ ਸਾਡੇ ਭੰਨੇ ਹੋਏ ਸਿੱਟੀ ਉੱਠਦੇ ਨਹੀਂ ਹੁੰਦੇ, ਇਹ ਤਾਂ ਤੁਰੇ ਫਿਰਦੇ ਆ। ਹਾਂ, ਤੁਰੇ ਫਿਰਦੇ। ਉਹ ਇੱਥੇ ਪੁਲਿਸ ਵਾਲਾ ਕਹਿੰਦਾ ਮੇਰੇ ਹੱਥ 'ਤੇ ਮਾਰਿਆ, ਅਤੇ ਨਿਹੰਗਾਂ ਦੇ ਛਿੱਤਰ ਤਾਂ ਬੜੇ ਔਖੇ ਹੁੰਦੇ ਆ। ਨਿਹੰਗਾਂ ਦੇ ਛਿੱਤਰ ਕੋਈ ਖਾ ਲਵੇ ਉਹਦੇ ਮੇਰੇ ਹਿਸਾਬ ਨਾਲ ਮੰਜੀ ਤੋਂ 15 ਦਿਨ ਨਹੀਂ ਉੱਠਦਾ, ਅਤੇ ਫਿਰ ਵੀ ਅਗਲੇ ਦਿਨ ਹੀ ਤੁਰੇ ਫਿਰਦੇ ਸੀ। ਨਹੀਂ, ਤੁਹਾਡੇ ਕਹਿਣ ਦਾ ਮਤਲਬ ਵੀ ਤੁਸੀਂ ਕੁੱਟਿਆ ਨਹੀਂ ਆ, ਉਹਨਾਂ ਦੇ ਵੱਲੋਂ ਜਾਣ ਕੇ ਕਿਹਾ ਜਾ ਰਿਹਾ ਵੀ ਸਾਨੂੰ ਤੁਸੀਂ ਤੁਹਾਡੇ ਵੱਲੋਂ ਕੋਈ ਇਹੋ ਜਿਹਾ ਜ਼ਿਆਦਾ ਨਹੀਂ ਕੀਤਾ ਗਿਆ? ਨਹੀਂ, ਸਾਡੇ ਵੱਲੋਂ ਇੰਨਾ ਕੀਤਾ ਨਹੀਂ ਗਿਆ। ਘੋੜਾ ਆਇਆ, ਇਹ ਸਾਰੇ ਉੱਧਰ ਭੱਜ ਗਏ ਨੇ, ਠੀਕ ਹੈ। ਸਾਰੇ ਦੇ ਸਾਰੇ ਭੱਜੇ ਨੇ, ਉਹ ਵੀਡੀਓ ਵਿੱਚ ਸਾਫ਼ ਆ। ਅਤੇ ਇੰਨੇ ਜਣਿਆਂ ਨੂੰ ਕਿੱਥੋਂ ਸੱਟ ਲੱਗ ਗਈ? 40 ਜਣਿਆਂ ਦਾ DGP ਦਾ ਇਹ ਬਿਆਨ ਹੈ ਕਿ 40 ਬੰਦੇ ਇਹਨਾਂ ਨੇ ਗਾਇਲ ਕੀਤੇ ਸਾਡੇ, ਹੈ ਨਾ। ਸਾਰੇ ਤਾਂ ਭੱਜ ਗਏ ਸੀ ਆਪਣੇ ਬੱਸਾਂ ਵੱਲ ਨੂੰ, ਅਤੇ ਇਹਨਾਂ ਨੂੰ 40 ਬੰਦਿਆਂ ਨੂੰ ਕਿੱਥੋਂ ਕੁੱਟ ਪੈ ਗਈ, ਠੀਕ ਹੈ। ਸੋ ਸਰਕਾਰ ਦੇ ਰਹੀ ਆ, ਇਹ ਹੁਣ ਤੋਂ ਨਹੀਂ, ਪ੍ਰਸ਼ਾਸਨ ਬੜੇ ਚਿਰ ਤੋਂ ਝੂਠ ਬੋਲਦਾ ਆ। ਅਤੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਅਸੀਂ ਇੱਕ ਨੂੰ ਵੀ ਸੱਟ ਨਹੀਂ ਲਾਈ, ਸ਼ਾਇਦ ਲੱਗ ਗਈ ਹੋਊਗੀ, ਡਿੱਗਦੇ ਹਾਂ, ਹੈ ਨਾ। ਉੱਥੇ ਸਾਰੇ ਸਾਡੇ ਵਰਗਿਆਂ ਨੂੰ ਵੀ ਸੱਟ ਲੱਗੀ। ਮੈਂ ਆਪ ਇੱਥੇ 2 ਦਿਨ ਪੱਟੀਆਂ ਪੁੱਟੀਆਂ ਕਰਾਉਂਦਾ ਰਿਹਾ ਵਾਂ। ਸੱਟ ਲੱਗੀ ਸੀ? ਹਾਂਜੀ, ਮੇਰੇ ਵੀ ਸੱਟ ਲੱਗੇ, ਮੇਰੇ 'ਤੇ ਛਾਲੇ ਪਾਏ ਸੀ ਬੀਬੀ ਨੇ। ਅਤੇ ਪਰ ਗੱਲ ਇਹ ਆ ਕਿ ਜਿੰਨੇ ਬੰਦਿਆਂ ਦਾ ਇਹ ਨਾਂ ਲੈਂਦੇ ਆ, ਇੰਨਿਆਂ ਦਾ ਕਾਂਡ ਨਹੀਂ ਹੋਇਆ ਜਿੰਨਾ ਦਾ ਇਹ ਕਹੀ ਜਾਂਦੇ ਆ। ਅਤੇ ਬਾਕੀ ਮੈਂ ਤਾਂ ਇਹੀ ਕਹੂੰਗਾ ਸਰਕਾਰ ਨੂੰ ਕਿ ਵੇਖੋ, ਜੇ ਤੁਸੀਂ ਚਾਹੁੰਦੇ, ਤੁਸੀਂ ਜੇ ਕਹਿੰਦੇ ਕਿ ਤੁਹਾਡਾ ਦੇਸ਼ ਆ, ਤਾਂ ਸਾਨੂੰ ਆਪਣੇ ਦੇਸ਼ ਵਿੱਚ ਰਹਿ ਕੇ ਪ੍ਰੋਟੈਕਸ ਕਰਨ ਦਾ ਹੱਕ ਆ ਪੂਰਾ ਕਾਨੂੰਨ ਦੇ ਹਿਸਾਬ ਨਾਲ। ਉਹ ਗੱਲ ਵੱਖਰੀ, ਤੁਸੀਂ ਮੰਨਦੇ ਨਹੀਂ। ਅਤੇ ਅਸੀਂ ਜਿਹੜਾ ਆਪਣਾ ਹੱਕ, ਇਹ ਸਿੱਖ ਹੁਣ ਤੋਂ ਨਹੀਂ, ਬੜੇ ਚਿਰ ਤੋਂ ਆਪਣੇ ਹੱਕ ਦੇ ਵਾਸਤੇ ਲੜਦੇ ਆਏ ਅਤੇ ਲੜਦੇ ਰਹਿਣਗੇ। ਜੋ ਮਰਜ਼ੀ ਕਰੀ ਜਾਓ, ਸਾਡੇ ਵਰਗਿਆਂ ਦੇ ਪਰਚੇ ਪਾਓ, ਜੋ ਮਰਜ਼ੀ ਕਰੋ, ਸਾਨੂੰ ਉਹਦੇ ਨਾਲ ਕੋਈ, ਅਸੀਂ ਕਿਸੇ ਦੇ ਥੱਲੇ ਨਹੀਂ ਲੱਗੇ। ਖਾਲਸਾ ਪੰਥ ਕਦੇ ਕਿਸੇ ਦੇ ਥੱਲੇ ਨਹੀਂ ਲੱਗਾ। ਖਾਲਸਾ ਪੰਥ ਜ਼ਰੂਰ ਲੋਕਾਂ ਦੀ ਮਦਦ ਕਰਦਾ ਰਿਹਾ ਵਾ, ਦੂਜਿਆਂ ਧਰਮਾਂ ਦੀਆਂ ਭੈਣਾਂ ਨੂੰ ਬਚਾ ਕੇ ਲਿਆਉਂਦਾ ਰਿਹਾ ਵਾ, ਦੂਜੇ ਧਰਮ ਦੇ ਲਈ ਸੀਸ ਦਿੰਦਾ ਰਿਹਾ ਵਾ। ਪਰ ਆਪਣੇ ਜੇ ਆਪਣੇ 'ਤੇ ਗੱਲ ਆਵੇ, ਤਾਂ ਉਹ ਕਦੇ ਗੁਲਾਮੀ ਨਹੀਂ ਸਹੂਗਾ, ਅਤੇ ਨਾ ਅਸੀਂ ਗੁਲਾਮ ਹੈਗੇ ਹਾਂ। ਅਤੇ ਖਾਲਸ ਇਹ ਮੈਂ ਪੁਲਿਸ ਵਾਲਿਆਂ ਨੂੰ, ਸਰਕਾਰ ਨੂੰ ਗੱਲ ਕਹਿ ਦਿੰਦਾ, ਆਪਣੀ ਕੰਨੀ ਪਾ ਲਓ ਕਿ ਅਸੀਂ ਗੁਲਾਮ ਨਹੀਂ ਹੈਗੇ, ਅਸੀਂ ਗੁਲਾਮ ਨਹੀਂ ਹੈਗੇ। ਅਤੇ ਕੋਈ ਗੱਲ ਨਹੀਂ, ਹਾਲੇ ਖਾਲਸੇ ਦਾ ਪਹਿਲਾ ਜਿਹੜਾ ਨਿਯਮ ਹੈ ਉਹ ਹੱਥ ਜੋੜਨਾ ਵਾ। ਆਹ ਮੈਂ ਹੱਥ ਜੋੜਿਆ, ਹੱਥ ਜੋੜ ਕੇ ਬੇਨਤੀ ਆ, ਬੰਦੀ ਸਿੰਘਾਂ ਨੂੰ ਛੱਡ ਦਿਉ। ਅਤੇ ਕਿੱਥੇ ਇਹ ਵੀ ਭੁਲੇਖੇ 'ਚ ਨਹੀਂ ਰਹੋ ਕਿ ਹਰ ਵਾਰੀ ਹੱਥ ਹੀ ਜੋੜਨਗੇ, ਕਈ ਵਾਰੀ ਕਿਰਪਾਨਾਂ ਵੀ ਉੱਠ ਜਾਂਦੀਆਂ ਹੁੰਦੀਆਂ। ਠੀਕ ਹੈ, ਮੋਰਚਾ ਜਿੰਨਾ ਦੇਰ ਚੱਲੂਗਾ ਉਹਨਾਂ ਦਿਨ ਇੱਥੇ ਰਹੋਗੇ? ਵੇਖੋ, ਮੋਰਚੇ 'ਤੇ ਤਾਂ ਇੱਥੇ ਹੀ ਆ, ਠੀਕ ਹੈ। ਪਰ ਸਮੇਂ ਦਾ ਕੋਈ ਪਤਾ ਨਹੀਂ, ਮੈਂ ਬਚਨ ਵੀ ਨਹੀਂ ਕਰਦਾ, ਕਿਉਂਕਿ ਖਾਲਸੇ ਦੇ ਬਚਨ ਬੜੇ ਮਹੱਤਵ ਰੱਖਦੇ ਨੇ, ਸੂਰ ਬੀਰ ਬਚਨ ਕੇ ਬਲੀ। ਮੈਂ ਬਚਨ ਵੀ ਨਹੀਂ ਕਰਦਾ ਕਿ ਮੈਂ ਇੱਥੇ ਹੀ ਹਾਂ। ਸਮਾਂ ਹੋਇਆ, ਗੁਪਤ ਹੋਣਾ ਪਿਆ, ਹੋ ਜਾਵਾਂਗੇ, ਭੱਜਾਂਗੇ ਨਹੀਂ, ਗੁਪਤ ਹੋਣਾ ਪਿਆ, ਹੋ ਜਾਵਾਂਗੇ, ਭੱਜਾਂਗੇ ਨਹੀਂ। ਜਦੋਂ ਤੱਕ ਮੋਰਚਾ ਲੱਗਾ ਵਾ, ਉਦੋਂ ਤੱਕ ਬੰਦੀ ਸਿੰਘ ਰਿਹਾ ਨਹੀਂ ਹੁੰਦੇ, ਉਦੋਂ ਤੱਕ ਅਸੀਂ ਇੱਥੇ ਹੀ ਹਾਂ। ਜੇ ਸਰਕਾਰ ਬਹੁਤ ਲੰਬਾ ਲੈ ਕੇ ਜਾਂਦੀ ਹੈ ਇਹਨੂੰ, ਜਿਵੇਂ ਪਿਛਲੇ ਮੋਰਚੇ ਦੀ ਤਰ੍ਹਾਂ ਕਿਸਾਨੀ ਅੰਦੋਲਨ ਦਾ ਮੋਰਚਾ ਸੀਗਾ, ਉਹ ਤੋਂ ਸਾਲ ਤੋਂ ਵੀ ਉੱਪਰ ਚੱਲਿਆ ਸੀਗਾ,
ਤਾਂ ਕੀ ਲੱਗਦਾ ਹੈ ਵੀ ਇਹ ਇਹ ਸ਼ਿਫਟ ਵੀ ਹੋ ਸਕਦਾ ਹੈ ਮੋਰਚਾ, ਜਿਵੇਂ ਤੁਸੀਂ ਇਹਨੂੰ ਰੋਜ਼ ਦੇਖਦੇ ਹੋ ਉਸ ਸਮੇਂ ਤੋਂ ਇੱਥੇ ਹੋ, ਜੇ ਦਿੱਲੀ ਨੂੰ ਜਾਂਦਾ ਹੈ ਜਾਂ ਹੋਰ ਅੱਗੇ ਚੰਡੀਗੜ੍ਹ ਨੂੰ ਜਾਂਦਾ ਹੈ ਤਾਂ ਫਿਰ ਜਿਵੇਂ ਇੱਥੇ ਬੈਠਿਆਂ ਤਾਂ ਅਜੇ ਤੱਕ ਸਰਕਾਰ 'ਤੇ ਪ੍ਰੈਸ਼ਰ ਬਿਲਡ ਤੁਹਾਨੂੰ ਲੱਗਦਾ ਵੀ ਜੇ ਨਹੀਂ ਹੁੰਦਾ ਤਾਂ? ਦੇਖੋ ਗੱਲ ਤਾਂ ਗੁਰੂ ਪੰਥ ਖਾਲਸੇ ਦੇ ਹੁਕਮ ਦੀ ਆ, ਜੋ ਗੁਰੂ ਪੰਥ ਖਾਲਸੇ ਦੇ ਹੈ ਨਾ ਹੁਕਮ ਕੀਤਾ ਸਾਨੂੰ, ਹੁਕਮ ਦਾ ਬੜਾ ਤੁਹਾਨੂੰ ਹੁਣੇ ਮੈਂ ਦੱਸਿਆ, ਜਿਹੜਾ ਬਚਨ ਦਾ ਅਤੇ ਹੁਕਮ ਦਾ ਜਿਹੜਾ ਸਿਲਸਿਲਾ ਵਾ ਇਹ ਸਾਡੇ ਉੱਤੇ ਬੜਾ ਭਾਰੀ ਆ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੁਕਮ ਹੋਇਆ ਤਾਂ ਉਹਨਾਂ ਨੇ ਚਾਲੇ ਪਾਏ, ਭਾਵੇਂ ਉਹ ਚੀਜ਼ ਉਹਨਾਂ ਦੇ ਅੰਦਰ ਬਹੁਤ ਚਿੜਦੀ ਸੀਗੀ ਕਿ ਮੈਂ ਜਾ ਕੇ ਸਰਹੰਦ ਨੂੰ ਦੱਸਾਂ, ਫਤਿਹ ਕਰਾਂ, ਉਹਨਾਂ ਨੂੰ ਦੱਸਾਂ ਕਿ ਤੁਸੀਂ ਜਿਹੜੀ ਕਰਤੂਤ ਕੀਤੀ ਮੈਂ ਉਹਦਾ ਤੁਹਾਨੂੰ ਸਜ਼ਾ ਦੇਵਾਂ। ਪਰ ਗੱਲ ਇੱਥੇ ਹੁਕਮ ਦੀ ਆਈ ਕਿ ਜਦੋਂ ਮਹਾਰਾਜ ਦਾ ਹੁਕਮ ਹੋਇਆ ਉਦੋਂ ਉਹਨੇ ਚਾਲੇ ਪਾਏ। ਸੋ ਸਾਨੂੰ ਜਦੋਂ ਹੁਕਮ ਹੋਊਗਾ ਠੀਕ ਹੈ ਅਸੀਂ ਚਾਲੇ ਪਾਵਾਂਗੇ ਜਿੱਦਾਂ ਨੂੰ ਕਹਿਣਗੇ, ਠੀਕ ਹੈ। ਬਾਕੀ ਜਿਹੜੀ ਗੱਲ ਲੰਮੇ ਦੀ ਕਹੀ ਆ, ਲੰਮੇ ਲੈ ਕੇ ਜਾਣਗੇ, ਫਾਇਦਾ ਘਾਟਾ ਇਹਨਾਂ ਦਾ ਹੀ ਆ। ਇਹ ਕਿਹੜੇ ਘੱਟ ਨੇ, ਇੱਥੇ ਆ ਕੇ ਮੋਰਚਾ ਲਾ ਕੇ ਬੈਠੇ ਨੇ, ਨੀਂਦ ਇਹਨਾਂ ਨੂੰ ਚੱਜ ਦੀ ਆਉਂਦੀ ਨਹੀਂ, ਇਹਨਾਂ ਨੂੰ ਪਤਾ ਤਾਂ ਹੈ ਨਹੀਂ ਕਦੋਂ ਹਮਲਾ ਹੋ ਜਾਵੇ ਸਾਡੇ, ਡਰਦੇ ਪਤਾ ਕਿੰਨੇ ਸਾਡੇ ਤੋਂ। ਅਤੇ ਇਹਨਾਂ ਦਾ ਘਾਟਾ ਵਾ, ਗੱਲ ਇਹ ਆ ਕਿਉਂਕਿ ਅਸੀਂ ਵੀ ਬਚਨ ਕਰਤਾ ਹੋਇਆ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣਾ ਵਾ ਅਤੇ ਅਸੀਂ ਰਿਹਾਅ ਕਰਾ ਕੇ ਜਾਵਾਂਗੇ, ਫਾਇਦਾ ਕੋਈ ਨਹੀਂ, ਛੇਤੀ ਦੇ ਦਿਓ, ਛੇਤੀ ਦੇ ਦਿਓਗੇ ਫਿਰ ਵੀ ਤੁਹਾਡਾ ਫਾਇਦਾ ਵਾ, ਲੇਟ ਕਰੋਗੇ ਅਤੇ ਤੁਹਾਡਾ ਘਾਟਾ ਵਾ, ਸਾਡਾ ਕੁੱਖ ਨਹੀਂ ਜਾਂਦਾ। ਨਿਹੰਗ ਸਿੰਘਾਂ ਦੀ ਛਵੀ ਨੂੰ ਵੀ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਵੀ ਉਹ ਤਲਵਾਰਾਂ ਲਹਿਰਾਉਂਦੇ ਨੇ, ਉਹ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਤੁਸੀਂ ਬਿਆਨ ਕਰੋ ਕਿ ਨਿਹੰਗ ਸਿੰਘ ਕਿਵੇਂ ਦੇ ਹੁੰਦੇ ਨੇ? ਵੇਖੋ ਦੰਗਾ ਇਨ ਸਤਿਗੁਰ 'ਤੇ ਮੰਗਾ, ਨਿਹੰਗ ਸਿੰਘ ਨੇ ਕੀ ਮੰਗਿਆ ਵਾ ਸਤਿਗੁਰਾਂ ਤੋਂ, ਤੁਹਾਡੇ ਤੋਂ ਕੀ ਮੰਗਦੇ ਆ? ਨਿਹੰਗ ਸਿੰਘ ਤੁਹਾਡੇ ਘਰ ਆ ਜਾਣ, ਕੀ ਮੰਗਦੇ ਆ? ਜੇ ਤੁਸੀਂ ਅਸੀਂ ਕਹਿ ਦਈਏ ਕਿ ਲੋੜ ਆ, ਉਹ ਕਹਿਣਗੇ ਬਾਣੇ ਦੇ ਦਿਓ ਅਤੇ ਸ਼ਸਤਰ ਦੇ ਦਿਓ, ਠੀਕ ਹੈ। ਸੋ ਇਹ ਇਹਨਾਂ ਦਾ ਗਹਿਣਾ ਵਾ, ਸ਼ਸਤਰ ਅਤੇ ਬਾਣਾ ਤਿਆਰ ਪਤਿਆਰ ਇਹਨਾਂ ਦਾ ਗਹਿਣਾ ਵਾ। ਸੋ ਜਿਹੜਾ ਨਿਹੰਗ ਸਿੰਘ ਦੀ ਪਰਿਭਾਸ਼ਾ ਬਾਬਾ ਮੈਂ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਸਾਜਣ ਵਾਲਾ ਵੇਖੋ ਨਾ ਕੌਣ ਆ, ਕਲਗੀਧਰ ਪਿਤਾ। ਨਹੀਂ ਮੈਂ ਪਰਿਭਾਸ਼ਾ ਦੀ ਗੱਲ ਨਹੀਂ ਕਰ ਰਹੀ, ਵੀ ਮੈਂ ਉਹਦਾ ਗੱਲ ਕਰ ਰਹੀ ਹਾਂ ਵੀ ਨਿਹੰਗ ਸਿੰਘ ਨੂੰ ਜੇ ਬਿਆਨ ਕਰਨਾ ਹੋਵੇ ਉਹਦਾ ਜੀਵਨ ਨੂੰ ਉਹ ਕਿਸ ਤਰੀਕੇ ਦਾ ਹੁੰਦਾ ਤਾਂ, ਕਿਉਂਕਿ ਦਿਖਾਇਆ ਜਾਂਦਾ ਹੈ ਨਾ ਟੀ ਵੀ ਦੇ ਵਿੱਚ ਵੀ ਨਿਹੰਗ ਸਿੰਘ ਦੇ ਰੋਲ ਨੂੰ ਇਸ ਤਰੀਕੇ ਨਾਲ ਵੀ ਉਹ ਹੱਥ 'ਚ ਤਲਵਾਰ ਲਹਿਰਾਉਂਦੇ ਨੇ, ਉਹ ਗੁੱਟ ਵੜ ਦਿੰਦੇ ਨੇ, ਬਹੁਤ ਸਾਰੀਆਂ ਪਿੱਛੇ ਵੀ ਅਸੀਂ ਵੀਡੀਓਜ਼ ਦੇਖੀਆਂ ਨੇ, ਔਰ ਇਸ ਵੀਡੀਓ ਦੇ ਵਿੱਚ ਵੀ ਨਿਹੰਗਾਂ ਸਿੰਘ ਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਗਿਆ ਵੀ ਇਹਨਾਂ ਨੇ ਉੱਥੇ ਹੁੱਲੜਬਾਜ਼ੀ ਕੀਤੀ ਹੈ ਜਾਂ ਉੱਥੇ ਸੱਟਾਂ ਲਾਈਆਂ ਨੇ। ਅਸਲ 'ਚ ਨਿਹੰਗ ਸਿੰਘ ਕਿਹੋ ਜਿਹੇ ਹੁੰਦੇ ਨੇ, ਨਿਹੰਗ ਸਿੰਘ ਸਿੱਖਾਂ ਦੀ ਜਿਹੜੀ ਆਰਮੀ ਹੈ ਉਹ ਕਿੱਦਾਂ ਦੀ ਹੁੰਦੀ ਹੈ, ਕਿਸ ਤਰੀਕੇ ਦੇ ਨਾਲ ਉਹ ਵਿਚਰਦੀ ਹੈ ਸੰਸਾਰ ਦੇ ਵਿੱਚ? ਵੇਖੋ ਜਿਹੜਾ ਹੱਥ ਜੋੜ ਕੇ ਆਉਂਦਾ ਵਾ ਉਹਨੂੰ ਤਾਂ ਇਹ ਦੇਗ ਚੁਕਾਉਂਦੇ ਨੇ, ਦੇਗ ਗੁਰੂ ਦੀ ਬਖਸ਼ਿਸ਼ ਹੋਈ ਹੈ ਨਾ, ਦੇਸੀ ਘਿਓ ਦੇ ਵਿੱਚ ਬਣੀ ਹੋਈ ਹੈ ਨਾ, ਪੈਦੇ ਖਾਂ ਨੂੰ ਚੁਕਾਈ ਹੈ ਨਾ, ਜਿਹੜਾ ਹੱਥ ਜੋੜ ਕੇ ਆਉਂਦਾ ਵਾ ਉਹਨੂੰ ਦੇਗ ਚੁਕਾਉਂਦੇ ਨੇ, ਪਰ ਉਹੀ ਪੈਦੇ ਖਾਂ ਜਦੋਂ ਤੇਗ ਲੈ ਕੇ ਆਇਆ ਤਾਂ ਉਹਨੂੰ ਤੇਗ ਨਾਲ ਉਹਦੇ ਸਿਰ ਵੀ ਲਾਇਆ। ਸੋ ਨਿਹੰਗ ਸਿੰਘ ਇਹ ਆ ਕਿ ਜਿਹੜਾ ਤੁਰ ਕੇ ਆਉਂਦਾ ਵਾ ਹੱਥ ਜੋੜ ਕੇ ਆਉਂਦਾ ਵਾ ਉਹਨੂੰ ਦੇਗ ਚੁਕਾਉਂਦੇ ਨੇ, ਪਰ ਜਿਹੜਾ ਚੜ੍ਹ ਕੇ ਆਉਂਦਾ ਉਹਨੂੰ ਤੇਗ ਚੁਕਾਉਂਦੇ ਨੇ, ਠੀਕ ਹੈ ਜੀ। ਅਤੇ ਨਿਹੰਗ ਸਿੰਘਾਂ ਦੀ ਅਸੀਂ ਗੱਲ ਕਰੀਏ, ਸਾਲ ਦੇ ਵਿੱਚ ਕਿੰਨੇ ਕੁ ਮਸਲੇ ਆਉਂਦੇ ਜਿਹੜੇ ਨਿਹੰਗ ਸਿੰਘਾਂ ਨੇ ਕਿਸੇ ਦੇ ਗੁੱਟ ਵੱਢੇ ਆ? ਮਹਾਂ ਇੱਕ ਦੋ ਹੈ ਨਾ, ਕਿਉਂਕਿ ਨਿਹੰਗ ਸਿੰਘ ਲੜਾਈ ਛੇਤੀ ਕਰਦੇ ਨਹੀਂ ਕਿਸੇ ਨਾਲ, ਉਹਨਾਂ ਦੇ ਗਾਤਰੇ ਹਰ ਵੇਲੇ 2.5-3 ਫੁੱਟ ਹੁੰਦੀ ਆ, ਪਰ ਉਹ ਹੁਕਮ ਦੇ ਵਿੱਚ ਵੱਜੇ ਨੇ ਕਿ ਹਰ ਥਾਂ 'ਤੇ ਕਿਰਪਾਨ ਨਹੀਂ ਕੱਢਣੀ, ਠੀਕ ਹੈ ਜੀ। ਪਰ ਜਿੱਥੇ ਜ਼ਿਆਦਾ ਹੱਦੋ ਪਾਣੀ ਟੱਪ ਜੇ ਉੱਥੇ ਕੱਢਣੀ ਪੈਂਦੀ ਆ, ਜ਼ੁਲਮ ਕਰਨਾ ਪਾਪ ਆ ਅਤੇ ਜ਼ੁਲਮ ਸਹਿਣਾ ਵੀ ਪਾਪ ਆ, ਠੀਕ ਹੈ। ਨਦੀ ਵਿੱਚ ਪਾਣੀ ਹੱਥੋਂ ਵੱਧ ਜੇ ਅਤੇ ਉਹ ਬਾੜ ਲਿਆ ਕੇ ਨਾ ਸਾਰੇ ਪਿੰਡ ਨੂੰ ਤਬਾਹ ਕਰ ਦਿੰਦੀ ਆ, ਅਤੇ ਇਹੀ ਚੀਜ਼ ਨਿਹੰਗ ਸਿੰਘਾਂ ਵਾਲੇ ਪਾਸੇ ਹੁੰਦੀ, ਜਦੋਂ ਜ਼ੁਲਮ ਦਾ ਪਾਰਾ ਲੰਘ ਜੇ ਉਦੋਂ ਨਿਹੰਗ ਸਿੰਘ ਤਲਵਾਰਾਂ ਕੱਢਦਾ ਵਾ, ਅਤੇ ਇਕੱਲਾ ਫਿਰ ਫਹਿਰਾਉਂਦਾ ਨਹੀਂ, ਅਤੇ ਫਹਿਰਾਉਣ ਦੀ ਗੱਲ ਕਿਤੇ ਫਹਿਰਾਉਂਦਾ ਨਹੀਂ, ਫਿਰ ਵਾਹੁੰਦਾ ਵੀ ਆ, ਠੀਕ ਹੈ ਜੀ। ਅਤੇ ਇਹ ਮੈਂ ਤੁਹਾਨੂੰ ਨਿਹੰਗ ਸਿੰਘ ਦੀ ਗੱਲ ਦੱਸਦਾ ਕਿ ਜਿਹੜਾ ਤੁਰ ਕੇ ਆਇਆ ਉਹਨੂੰ ਦੇਗ ਅਤੇ ਜਿਹੜਾ ਚੜ੍ਹ ਕੇ ਆਇਆ ਉਹਨੂੰ ਤੇਗ। ਅਤੇ ਬਾਕੀ ਨਿਹੰਗ ਸਿੰਘਾਂ ਦੀ ਗੱਲ ਕਰੀਏ, ਜਿਹੜੇ ਗੱਲ ਕਰਦੇ ਨਾ ਜਿਹੜੇ ਮੀਡੀਆ ਦੇ ਵਿੱਚ ਉਹਨਾਂ ਨੂੰ ਉਲਝਾਉਂਦੇ ਨੇ ਜਾਂ ਉਹਨਾਂ ਦੇ ਉਹਨਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ, ਤੁਹਾਡੀ ਇੰਨੀ ਔਕਾਤ ਹੀ ਨਹੀਂ ਹੈਗੀ ਕਿ ਤੁਸੀਂ ਨਿਹੰਗ ਸਿੰਘਾਂ ਨੂੰ ਕੁਝ ਕਹਿ ਸਕੋ, ਕਿਉਂਕਿ ਉਹਨੂੰ ਸਾਜਣ ਵਾਲਾ ਬਾਜਾਂ ਵਾਲਾ ਪਿਤਾ ਵਾ, ਉਹ ਗੁਰੂ ਦੀ ਲਾਡਲੀ ਫੌਜਾਂ ਨੇ, ਗੁਰੂ ਦੀਆਂ ਲਾਡਲੀਆਂ ਫੌਜਾਂ, ਐਵੇਂ ਲਾਡਲਾ ਐਵੇਂ ਨਹੀਂ ਬਣਿਆ ਜਾਂਦਾ, ਠੀਕ ਹੈ ਜੀ। ਘਰ ਦੇ ਤੁਸੀਂ ਵੀ ਘਰ ਦੇ ਵਿੱਚ ਰਹਿੰਦੇ, ਆਪ ਜੀ ਭਾਵੇਂ ਆਪਣੀ ਮਾਤਾ ਦੀ ਲਾਡਲੀ ਹੋਵੇ, ਪਿਓ ਦੀ, ਐਵੇਂ ਨਹੀਂ ਬਣਿਆ ਜਾਂਦਾ, ਐਵੇਂ ਨਹੀਂ ਇੰਨੀ ਵਧੀਆ ਪਦਵੀ ਮਿਲ ਜਾਂਦੀ। ਸੋ ਉੱਦਾਂ ਦੇ ਕਰਮ ਵੀ ਹੋਣੇ ਚਾਹੀਦੇ। ਸੋ ਨਿਹੰਗ ਸਿੰਘਾਂ ਦੇ ਇੱਦਾਂ ਦੇ ਕਰਮ ਨੇ ਜਿਨ੍ਹਾਂ ਕਰਕੇ ਮਹਾਰਾਜ ਨੇ ਉਹਨਾਂ ਨੂੰ ਲਾਡਲੀ ਫੌਜ ਦਾ ਦਰਜਾ ਕੀਤਾ, ਅਤੇ ਮਹਾਰਾਜ ਪ੍ਰਗਟ ਹੋਏ ਖਾਲਸਾ ਪਰਮਾਤਮ ਕੀ ਮੌਜ। ਅਤੇ ਜਿਹੜਾ ਖਾਲਸਾ ਵਾ, ਖਾਲਸਾ ਕੌਣ? ਜਿਹੜਾ ਨਿਹੰਗ ਸਿੰਘ ਬਾਣੇ ਵਿੱਚ ਖਾਲਸਾ ਉਹੀ ਹੈ ਨਾ, ਜਿਹੜਾ ਚੜ੍ਹਦੀ ਕਲਾ ਬਾਣੇ ਤਿਆਰ ਪਤਿਆਰ
ਉਹ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ ਵਾ। ਪਰ ਤੁਹਾਡੀ ਉਮਰ ਬਹੁਤ ਛੋਟੀ ਹੈ ਨਾ, 16 ਸਾਲ ਦੀ ਉਮਰ ਹੈ, ਤਾਂ 16 ਸਾਲ ਦੀ ਉਮਰ ਦੇ ਵਿੱਚ ਤੁਸੀਂ ਉੱਥੇ ਜਾਂਦੇ ਹੋ, ਤਾਂ ਉੱਥੇ ਜਾ ਕੇ ਜਿਵੇਂ ਹੁਣ ਤੁਸੀਂ ਕਿਹਾ ਵੀ ਤੁਹਾਡੇ ਮਾਰੀਆਂ ਗਈਆਂ ਜਾਂ ਤੁਸੀਂ ਪੁਲਿਸ ਦੀ ਉਹ ਅੱਗੇ ਸੋਟੀ ਫੜ ਲਈ, ਤਾਂ ਉਹ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਲੱਗਦਾ ਹੈ ਵੀ ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ, ਵੀ ਤੁਸੀਂ ਪ੍ਰੋਟੈਸਟ ਗਏ, ਤੁਸੀਂ ਸ਼ਾਂਤੀਪੂਰਵਕ ਹੋਣੇ ਚਾਹੀਦੇ ਸੀਗੇ। ਵੇਖੋ ਉਹ ਸਾਡੇ 'ਤੇ ਮਾਰਨ ਅਤੇ ਅਸੀਂ ਬਹਿ ਜਾਈਏ, ਅਸੀਂ ਕੁੱਟ ਖਾਈਏ, ਇੰਨਾ ਵੀ ਕਿਰਦਾਰ ਨਹੀਂ ਹੈਗਾ ਨਿਹੰਗ ਸਿੰਘ ਦਾ, ਠੀਕ ਹੈ। ਬਾਕੀਆਂ ਦਾ ਮੈਂ ਨਹੀਂ ਕਹਿੰਦਾ, ਮੈਂ ਨਿਹੰਗ ਸਿੰਘ ਦੀ ਗੱਲ ਕਰਦਾ। ਉਹ ਸਾਡੇ ਮਾਰਨ ਅਤੇ ਅਸੀਂ ਖਾਈਏ, ਇਹ ਕਿਰਦਾਰ ਨਹੀਂ ਹੈਗਾ ਨਿਹੰਗ ਸਿੰਘ ਦਾ। ਅਤੇ ਜਿਹੜੀ ਉਹਨਾਂ ਦੇ ਹਿਸਾਬ ਨਾਲ ਉਮਰ ਦੀ ਗੱਲ ਕਰਦੇ, ਭਾਅ ਜੀ ਇਤਿਹਾਸ ਪੜ੍ਹੋ ਤੁਸੀਂ, ਜਿਵੇਂ ਉਹ ਕੰਮ ਕੀਤਾ ਨਾ, ਉਹ ਮੈਂ ਐਵੇਂ ਨਹੀਂ ਕੀਤਾ, ਉਹ ਇਤਿਹਾਸ ਪੜ੍ਹ ਕੇ ਕੀਤਾ। ਕਿਉਂਕਿ ਇਤਿਹਾਸ ਦੇ ਵਿੱਚ ਕੋਈ ਨਹੀਂ ਜਿਹੜਾ ਚੜ ਜਿਹੜਾ ਨਿਹੰਗ ਸਿੰਘ ਆ, ਜਿਹੜਾ ਗੁਰੂ ਦੀ ਬਚਨਾਂ 'ਤੇ ਤੁਰਦਾ, ਉਹ ਡਰਦਾ ਨਹੀਂ, ਉਹ ਜੋ ਕਰਦਾ ਉਹ ਹੁਕਮ ਵਿੱਚ ਕਰਦਾ। ਜਿਹੜੇ ਪਾਸੇ ਪੈਰ ਪੁੱਟਦਾ ਵਾ ਅਤੇ ਪੁੱਟਦਾ, ਠੀਕ ਹੈ, ਫਿਰ ਪਿਛਾਂਹ ਨਹੀਂ ਹਟਦਾ, ਠੀਕ ਹੈ। ਅਤੇ ਜਿਹੜੀ ਇਹ ਗੱਲ ਕਹਿੰਦੇ ਨੇ ਕਿ ਛੋਟੀ ਉਮਰੇ ਕੰਮ ਵੱਡਾ ਕਰਤਾ, ਇਹ ਬਾਬਾ ਮੈਂ ਨਹੀਂ ਕੀਤਾ, ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ ਆ, ਮੇਰੇ ਕੋਲ ਸੇਵਾ ਲਈ ਆ, ਅਤੇ ਬੜੀ ਚੜ੍ਹਦੀ ਕਲਾ ਵਾਲੀ ਗੱਲ ਆ। ਅਤੇ ਇਹ ਤਾਂ ਕੁਝ ਨਹੀਂ, ਹਲੇ ਇਹ ਕੁੱਖ ਨਹੀਂ ਹੈਗਾ ਜੋ ਹੋਇਆ ਉਸ ਦਿਨ, ਉਹ ਕੁੱਖ ਨਹੀਂ। ਮਾਰੇ ਪਤਾ ਨਹੀਂ ਕਿਹੜੀ ਕਿਹੜੀ ਸੇਵਾ ਲੈਣ, ਅਤੇ ਮੇਰੇ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਆ, ਮਹਾਰਾਜ ਇੱਦਾਂ ਹੀ ਮੈਨੂੰ ਨਾ ਕੌਮ ਦੇ ਵਿੱਚ ਸੇਵਾ ਦਿਓ, ਕਿਉਂਕਿ ਜਿਹੜਾ ਮੇਰਾ ਜੀਵਨ ਆ, ਮੈਂ ਚਾਹੁੰਦਾ ਕਿ ਕੌਮ ਦੇ ਲੇਖੇ ਜਾਵੇ। ਅਤੇ ਕਿਉਂਕਿ ਕੌਮ ਗੁਰੂ ਪੰਥ ਨੇ ਮੈਨੂੰ ਉਦੋਂ ਮੇਰੀ ਬਾਂਹ ਫੜੀ ਜਦੋਂ ਸਾਰੇ ਪਿਛਾਂਹ ਹਟ ਗਏ ਸੀਗੇ। ਅਤੇ ਹਟ ਗਏ ਸੀ, ਮੈਂ ਪੁੱਛਣਾ ਚਾਹੂੰਗੀ ਪਿਛਾਂਹ ਹਟ ਗਈ ਵਾਲੀ, ਤੁਸੀਂ ਇਹ ਕਿਉਂ ਕਹੀ ਗੱਲ? ਮੇਰੇ ਪਿਤਾ ਜੀ ਨੇ ਮੈਨੂੰ ਦਰਬਾਰ ਸਾਹਿਬ ਛੱਡ ਗਏ ਸੀਗੇ ਨਿੱਕੇ ਹੁੰਦੇ, ਮਾਤਾ ਜੀ ਨਹੀਂ ਛੱਡ ਗਏ ਸੀਗੇ, ਮਾਤਾ ਜੀ ਨਹੀਂ ਗੁਜ਼ਰ ਗਏ ਸੀਗੇ, ਪਿਤਾ ਜੀ ਮੈਨੂੰ ਛੱਡ ਗਏ ਸੀਗੇ। ਅੱਛਾ ਜੀ। ਹਾਂਜੀ। ਅਤੇ ਉਸ ਟਾਈਮ 'ਤੇ ਮੈਂ ਇਕੱਲਾ ਪੈ ਗਿਆ ਸੀਗਾ, ਅਤੇ ਮੈਨੂੰ ਸੰਗਤ ਨੇ ਸਾਂਭਿਆ, ਗੁਰੂ ਪੰਥ ਖਾਲਸੇ ਨੇ ਸਾਂਭਿਆ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਂਭਿਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੇ ਘਰ ਥਾਂ ਦਿੱਤੀ, ਤਾਂ ਮੈਂ ਇਹ ਬਚਨ ਕੀਤਾ ਵਾ ਕਿ ਉਦੋਂ ਮੈਨੂੰ ਪਾਲਿਆ ਕਿੰਨੇ ਚੜ੍ਹਦੇ, ਹਾਂ ਚੜ੍ਹਦੇ, ਅੱਜ ਮੈਂ ਚੜ੍ਹਦੀ ਕਲਾ ਦੇ ਵਿੱਚ ਤੁਹਾਡੇ ਸਾਹਮਣੇ ਖੜੋਤਾ ਵਾਂ, ਤੁਸੀਂ ਸਾਰਾ ਦਿਨ ਵੇਖਦੇ ਕਿੰਨਾ ਪਿਆਰ ਕਰਦੀ ਸੰਗਤ ਮੈਨੂੰ, ਅਤੇ ਮੈਂ ਮੇਰੇ ਹਿਸਾਬ ਨਾਲ ਮੇਰਾ ਸੀਸ ਵੀ ਚੱਲ ਜਾਵੇ ਕੌਮ ਦੇ ਲਿਖੇ, ਅਤੇ ਮੈਂ ਤਾਂ ਨਹੀਂ ਉਹਦਾ ਮੁੱਲ ਚੁਕਾ ਸਕਦਾ ਜਿੰਨੀ ਮੈਨੂੰ ਵਡਿਆਈ ਦਿੱਤੀ ਆ, ਠੀਕ ਹੈ। ਸੋ ਗੁਰੂ ਪੰਥ ਖਾਲਸੇ ਦਾ ਮੇਰੇ ਜੀਵਨ ਦੇ ਵਿੱਚ ਬੜਾ ਵੱਡਾ ਥਾਂ ਆ, ਸਥਾਨ ਆ ਉਹਨਾਂ ਦਾ, ਜਿਹੜਾ ਕਦੇ ਮੇਰੇ ਮਰਨ ਤੋਂ ਬਾਅਦ ਵੀ ਨਹੀਂ ਮੁੱਕਦਾ। ਸੋ ਮੈਂ ਤਾਂ ਜਿਹੜੇ ਵੀਡੀਓ ਵੇਖਾਂ ਤਾਂ ਮੈਂ ਉਹਨਾਂ ਨੂੰ ਵੀ ਇੱਕੋ ਹੀ ਬੇਨਤੀ ਕਰੂੰਗਾ, ਆਪਣੇ ਵਾਸਤੇ ਵੀ ਅਤੇ ਮੇਰੇ ਵਾਸਤੇ, ਕਿਉਂਕਿ ਮਹਾਰਾਜ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਮਹਾਰਾਜ ਅੱਗੇ ਅਰਦਾਸ ਕਰੋ ਸਿੱਖੀ ਕੇਸਾ ਸਵਾਸਾਂ ਨਾਲ ਨਿਭਜੇ, ਹੋਰ ਕੁੱਖ ਨਹੀਂ ਚਾਹੀਦਾ। ਤੂਫਾਨ ਸਿੰਘ ਨਾਮ ਬਣੀ ਕਿੰਨੀ ਪੜ੍ਹਦੇ ਨੇ, ਕਿੰਨਾ ਤੁਸੀਂ ਕੁਝ ਸੰਗੀਤ ਤੌਰ 'ਤੇ ਕੁਝ ਸਿੱਖ ਰਹੇ ਹੋ, ਘੋੜ ਸਵਾਰੀ ਜਾਂ ਕੀ ਕੁਛ ਕਰਦੇ ਨੇ ਪੂਰੇ ਦਿਨ ਦੇ ਵਿੱਚ? ਉਹ ਨਾਮ ਬਾਣੀ ਤਾਂ ਮੈਂ ਜਪਦਾ ਨਹੀਂ, ਤੁਹਾਨੂੰ ਸਿੱਧੀ ਗੱਲ ਦੱਸਾਂ, ਨਾਮ ਬਾਣੀ ਜਪਦਾ ਹੁੰਦਾ ਮੇਰੇ ਮੂੰਹ 'ਤੇ ਖੇੜਾ ਜਿਹਾ ਬੜਾ ਹੋਣਾ ਸੀ, ਨਾਮ ਬਾਣੀ ਮੈਂ ਕੁੱਖ ਨਹੀਂ ਜਪਦਾ, ਸਿੱਖਣ ਦਾ ਗੱਤਕਾ ਮੈਂ ਮਹਾਰਾਜ ਦੀ ਕਿਰਪਾ ਨਾਲ ਸਿੱਖਿਆ ਵਾ, ਅਤੇ ਘੋੜ ਸਵਾਰੀ ਇੱਥੇ ਪ੍ਰਗਟ ਹੋ ਜੂਗਾ, ਕਿਸੇ ਨੇ ਵਚਨ ਕੀਤਾ ਵਾ, ਜਦੋਂ ਪ੍ਰਗਟ ਹੋ ਜੂਗਾ ਉਦੋਂ ਘੋੜ ਸਵਾਰੀ ਵੀ, ਮੇਰੇ ਅੰਦਰ ਚਾਅ ਹੈਗਾ ਵਾ, ਪਰ ਸਮਾਂ ਨਹੀਂ ਹੁੰਦਾ ਇੱਦਾਂ ਦਾ ਕਿ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਮਾਇਆ ਤੋਂ ਬਿਨਾਂ ਨਹੀਂ ਚੱਲਦੀਆਂ, ਅਤੇ ਉਹ ਆਪਾਂ ਘੋੜ ਸਵਾਰੀ ਵੀ ਕਰਾਂਗੇ। ਅਤੇ ਵੇਖੋ ਖਾਲਸਾ ਘੋੜ ਸਵਾਰੀ ਲਈ ਤੁਹਾਨੂੰ ਘੋੜਾ ਚਾਹੀਦਾ ਪਹਿਲਾਂ, ਹੈ ਨਾ? ਹਾਂਜੀ, ਉਹ ਮੈਂ ਤੁਹਾਨੂੰ ਹੁਣੇ ਕਿਹਾ ਨਾ ਪ੍ਰਗਟ ਹੋ ਜਾਣਾ, ਅਤੇ ਉਹ ਫਿਰ ਖਾਲਸਾ ਜੋ ਕੁਝ ਸਿੱਖ ਲਏ, ਕਿਉਂਕਿ ਸਿੱਖ ਜਿਹੜਾ ਬਚਨ ਆਇਆ ਸਾਰੀ ਉਮਰ ਸਿੱਖ ਲਏ ਪਰ ਫਿਰ ਵੀ ਨਹੀਂ ਸਿੱਖਦਾ, ਠੀਕ ਹੈ। ਅਤੇ ਜਿਹੜਾ ਤੁਸੀਂ ਬਚਨ ਕਿਹਾ ਵਾ ਉਹਦੇ 'ਤੇ ਮੈਂ ਲੱਗਦਾ ਮੈਂ ਕਦੇ ਪੂਰਾ ਨਹੀਂ ਉਤਰ ਸਕਦਾ ਕਿ ਮੈਂ ਸਿੱਖ ਸਕਦਾ ਕੁਝ, ਸਿਖਲਾਈ ਚਾਲੂ ਆ। ਮੈਂ ਤੁਹਾਡੇ ਨਾਲ ਵਿਚਾਰ ਕੀਤੀਆਂ ਅਤੇ ਮੈਨੂੰ ਕਈ ਸਵਾਲ ਪੁੱਛੇ, ਸ਼ਾਇਦ ਉਹਦੇ ਵਿੱਚੋਂ ਹੀ ਮੈਨੂੰ ਕੁਝ ਲੱਭ ਗਿਆ ਹੋਵੇ। ਮੈਂ ਸਿੱਖਦਾ ਹੀ ਰਹਿਣਾ ਸਾਰੀ ਦਿਹਾੜੀ, ਅਤੇ ਮਹਾਰਾਜ ਸਿੱਖਦਾ ਹੀ ਰਹਿਣ, ਕਿਉਂਕਿ ਮਹਾਰਾਜ ਨੇ ਸਾਡਾ ਨਾਂ ਹੀ ਇੱਦਾਂ ਦਾ ਲਿਖਤਾ ਅਤੇ ਅਸੀਂ ਸਾਰੀ ਉਮਰ ਸਿੱਖੀ ਜਾਈਏ। ਕੋਈ ਇਹ ਤਾਂ ਕਹਿ ਨਹੀਂ ਸਕਦਾ ਕਿ ਅਸੀਂ ਸਿੱਖ ਲੈ ਕਦੇ, ਕਹਿ ਸਕਦਾ ਕੋਈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੰਦਰ ਨੇ, ਗੁਰੂ ਪੰਥ ਖਾਲਸਾ ਸਮੁੰਦਰ ਆ, ਉਹਦੇ 'ਚ ਮੈਂ ਗਲਾਸ ਲੈ ਸਕਦਾ, ਬਾਲਟੀ ਚੁੱਕ ਕੇ ਸਾਈਡ 'ਤੇ ਰੱਖ ਸਕਦਾ, ਹੁਣ ਮੈਂ ਕਹਾਂ ਸਾਰਾ ਸਮੁੰਦਰ ਮੈਂ ਪੀ ਲਿਆ, ਇੱਦਾਂ ਤਾਂ ਨਹੀਂ ਆ ਸਕਦਾ। ਸੋ ਇਹ ਜਿਹੜੀ ਗੁਰਬਾਣੀ ਆ, ਗੁਰੂ ਪੰਥ ਖਾਲਸਾ ਵਾ, ਇਹ ਸਮੁੰਦਰ ਆ, ਇਹਨਾਂ 'ਚੋਂ ਮੈਂ ਜਿੰਨਾ ਲਵਾਂ ਉਨਾ ਉਹ ਵੱਧਦਾ। ਸੋ ਸਾਡੇ ਨਾਲ ਮੌਜੂਦ ਹਨ ਤੂਫਾਨ ਸਿੰਘ, ਜਿਨ੍ਹਾਂ ਦੀ ਬਹੁਤ ਚਰਚਾ ਵੀ ਹੈਗੀ ਆ, ਔਰ ਪੁਲਿਸ ਦੇ ਵੱਲੋਂ ਜਿਹੜਾ ਆ ਇਹਨਾਂ 'ਤੇ ਇਨਾਮ ਵੀ ਰੱਖਿਆ ਗਿਆ। 8 ਤਰੀਕ ਨੂੰ ਜਿਹੜਾ ਇੱਥੇ ਚੰਡੀਗੜ੍ਹ ਅਤੇ ਮੋਹਾਲੀ ਸਰਹੱਦ ਦੇ ਉੱਪਰ
ਜਿਹੜਾ ਇੱਥੇ ਡਿਸਪਿਊਟ ਹੋਇਆ ਜਾਂ ਇੱਥੇ ਜਿਹੜੀ ਟੱਕਰ ਹੋਈ ਸੀਗੀ ਉਸ ਤੋਂ ਬਾਅਦ ਇਹ ਲਿਸਟ ਦੇ ਵਿੱਚ ਨਾਮ ਹੈਗਾ ਔਰ ਪੁਲਿਸ ਦੇ ਵੱਲੋਂ ਇਨਾਮ ਰੱਖਿਆ ਗਿਆ ਵੀ ਇਹਨਾਂ ਨੂੰ ਜਿਹੜਾ ਵੀ ਫੜਾਉਂਦਾ ਹੈ ਤਾਂ ਉਹ ਉਹਨਾਂ ਨੂੰ ਇਨਾਮ ਦੇਣਗੇ 10,000 ਰੁਪਇਆ ਸੋ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਵੀ ਉਸ ਦਿਨ ਹੋਇਆ ਕੀ ਸੀਗਾ